ਪ੍ਰੋਗਰਾਮ ਗੁਫ਼ਤਗੂ ਵਿੱਚ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਸਵਾਗਤ ਹੈ। ਸਾਡੀ ਗੱਲ ਹੋ ਰਹੀ ਹੈ ਮਨਿੰਦਰਜੀਤ ਸਿੰਘ ਬਿੱਟਾ ਹੋਣਾ ਦਾ, ਜਿਨ੍ਹਾਂ ਨੇ ਕਿ ਪਿਛਲੇ ਦੋ ਸੈਗਮੈਂਟਸ ਵਿੱਚ ਅੱਤਵਾਦ ਦੇ ਖਿਲਾਫ਼ ਕੀ ਲੜਾਈ ਹੈ ਅਤੇ ਪੰਜਾਬ ਦੇ ਹਾਲਾਤ ਤੋਂ ਕਿਉਂ ਇੰਨੇ ਨਾਖੁਸ਼ ਨੇ, ਉਹਨਾਂ ਦਾ ਜ਼ਿਕਰ ਸਾਡੇ ਨਾਲ ਕੀਤਾ। ਬਿੱਟਾ ਸਾਹਿਬ, ਤੁਸੀਂ ਇੱਕ ਸਿਆਸਤਦਾਨ ਹੋ, ਪੋਲੀਟੀਸ਼ੀਅਨ ਰਹੇ ਹੋ, ਅੱਜ ਭਾਵੇਂ ਤੁਸੀਂ ਇੱਕ ਵੱਖਰੇ ਤਰੀਕੇ ਨਾਲ ਆਪਣੀ ਪੋਲੀਟਿਕਸ ਕਰ ਰਹੇ ਹੋ, ਲੇਕਿਨ ਕੀ ਮੇਨ ਸਟ੍ਰੀਮ ਪੋਲੀਟਿਕਸ ਹੁਣ ਤੁਹਾਡਾ ਕੱਪ ਆਫ ਟੀ ਨਹੀਂ ਰਿਹਾ? ਦਰਅਸਲ ਲੱਕੀ ਜੀ, ਹੁਣ ਉਹ ਵਿਚਾਰ ਜਿਹੜੇ ਨੇ ਰਾਜਨੀਤਿਕ ਲੋਕਾਂ ਦੇ ਨਹੀਂ ਰਹੇ ਜੋ ਪੁਰਾਣੇ ਵਿਚਾਰ ਸਨ। ਸਾਡੇ ਵਰਗੇ ਲੋਕਾਂ ਦੀ ਹੁਣ ਪਾਰਟੀ ਦੇ ਵਿੱਚ, ਉਹ ਰਾਜਨੀਤੀ ਦੇ ਵਿੱਚ ਕਹਿ ਸਕਦਾ, ਉਹ ਹੁਣ ਜ਼ਰੂਰਤ ਨਹੀਂ ਸਮਝੀ ਜਾਂਦੀ। ਅਸੀਂ ਆਪਣੀ ਸੋਚ ਨੂੰ ਛੱਡ ਨਹੀਂ ਸਕਦੇ। ਅਸੀਂ ਜਿਹੜਾ ਪੂਰੇ ਹਿੰਦੁਸਤਾਨ 'ਚ ਆਤੰਕਵਾਦ ਹੈ, ਉਸ ਮੁੱਦੇ ਨੂੰ ਛੱਡ ਨਹੀਂ ਸਕਦੇ। ਅਸੀਂ ਸ਼ਹੀਦਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰ ਨਹੀਂ ਸਕਦੇ। ਕੀ ਤੁਹਾਡੀ ਸੋਚ ਇੰਨੀ ਇਨਕੰਪੈਟੀਬਲ ਹੋ ਗਈ ਹੈ ਪੋਲੀਟੀਕਲ ਸਟੈਂਡਰਡਸ ਤੋਂ? ਤੁਸੀਂ ਉਹਨਾਂ ਨੂੰ ਇੰਨਾ ਥੱਲੇ ਸਮਝਦੇ ਹੋ ਵੀ ਤੁਸੀਂ ਸਮਝ ਲਿਆ ਵੀ ਹੁਣ ਨਹੀਂ, ਬਸ ਬਹੁਤ ਹੋ ਗਿਆ, ਸਫੀਸ਼ੀਐਂਟ ਹੋ ਗਿਆ, ਪਰ ਕੁਛ ਕਰ ਨਹੀਂ ਪਾਓਗੇ ਤੁਸੀਂ ਪੋਲੀਟਿਕਸ ਤੋਂ ਬਾਹਰ ਰਹਿ ਕੇ? ਲੱਗਦਾ ਨਹੀਂ ਤੁਹਾਨੂੰ? ਨਹੀਂ, ਇੱਥੇ ਜ਼ਰੂਰ ਹੋਏਗਾ ਅਗਰ ਅੱਛੇ ਲੀਡਰ ਆਉਣਗੇ। ਮੈਂ ਰਾਜਨੀਤੀ ਦੇ ਵਿੱਚ ਲੱਕੀ ਜੀ ਜਦੋਂ ਆਇਆ ਸੀ, ਮੈਂ ਤਾਂ ਮੌਤ ਦਾ ਕਫਨ ਬਣ ਕੇ ਆਇਆ ਸੀ, ਮੈਂ ਤਾਂ ਸ਼ਹੀਦ ਹੋਣ ਆਇਆ ਸੀ ਦੇਸ਼ ਲਈ, ਮੁਲਕ ਲਈ। ਮੈਨੂੰ ਰਾਜਨੀਤੀ ਦਾ ਸ਼ੌਕ ਨਹੀਂ, ਰਾਜਨੀਤੀ ਮੇਰਾ ਪੇਸ਼ਾ ਨਹੀਂ। ਪਰ ਅੱਜ ਵੀ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਬੜੇ ਬੜੇ ਅੱਛੇ ਲੀਡਰ ਹੈ, ਭੱਠਲ ਬਹੁਤ ਸੀਨੀਅਰ ਲੀਡਰ, ਅੱਛੀ ਲੀਡਰ ਹੈ, ਲੇਕਿਨ ਉਹਨਾਂ ਦਾ ਕ੍ਰਿਟਿਸਿਜ਼ਮ ਕੀਤਾ ਜਾ ਰਿਹਾ ਵੀ ਉਹ ਵਿਰੋਧੀ ਦੀ ਭੂਮਿਕਾ ਨਿਭਾ ਰਹੇ ਨੇ। ਪਿਛਲੇ ਸਮੇਂ ਦੇ ਵਿੱਚ ਇੰਨੇ ਲੋਕਾਂ ਨੂੰ ਹਾਈ ਕਮਾਨ ਨੇ, ਇੰਨੇ ਸੀਨੀਅਰ ਲੋਕਾਂ ਨੂੰ ਇਗਨੋਰ ਕਰ ਦਿੱਤਾ ਔਰ ਇਹੋ ਜਿਹੇ ਲੋਕਾਂ ਦੇ ਹੱਥਾਂ ਦੇ ਵਿੱਚ ਵਾਕਡੋਰ ਦੇ ਦਿੱਤੀ, ਜਿਨ੍ਹਾਂ ਨੇ ਜਿਹੜਾ ਪੁਰਾਣਾ ਕਾਂਗਰਸ ਦਾ ਕਲਚਰ ਸੀ, ਪੁਰਾਣਾ ਕਾਂਗਰਸ ਦਾ ਕਲਚਰ, ਪੁਰਾਣਾ ਜਿਹੜਾ ਕਾਂਗਰਸ ਦਾ ਇੱਕ ਬਹੁਤ ਸੀਨੀਅਰ ਵਰਕਰ ਸੀ ਸੰਤੋਖ ਸਿੰਘ ਰੰਧਾਵਾ, ਮਿਸਿਜ਼ ਭੱਠਲ, ਡਾਕਟਰ ਕੇਵਲ ਕਿਸ਼ਨ, ਜਿਨ੍ਹਾਂ ਨੇ ਸ਼ਹਾਦਤਾਂ ਦੇਣ ਤੋਂ ਪਿੱਛੇ ਨਹੀਂ ਰਹੇ, ਬਚ ਗਏ ਅਤੇ ਰੱਬ ਕਰਕੇ ਬਚ ਗਏ। ਉਹਨਾਂ ਲੋਕਾਂ ਨੂੰ ਸਾਈਡ 'ਤੇ ਕਿਨਾਰੇ ਕਰਕੇ, ਉਹ ਵਰਕਰ ਔਰ ਲੀਡਰ ਸਨ ਕਿਨਾਰੇ ਕਰਕੇ, ਇਹਨਾਂ ਲੋਕਾਂ ਨੂੰ ਅੱਗੇ ਕਰ ਦਿੱਤਾ ਜਿਨ੍ਹਾਂ ਨੇ ਲੈਂਡ ਮਾਫੀਆ, ਬਿਲਡਰ ਜਾਂ ਪੈਸਾ ਕਮਾਉਣ ਵਾਲੇ, ਮਾੜੇ ਕੰਮ ਕਰਨ ਵਾਲੇ ਇਕੱਠੇ ਕਰਕੇ ਰੱਖ ਦਿੱਤੇ। ਅੱਜ ਦੀ ਤਰੀਕ ਦੀ ਰਾਜਨੀਤੀ ਐਡੀ ਮਹਿੰਗੀ ਹੋ ਚੁੱਕੀ ਹੈ, ਜਾਂ ਰਾਜਨੀਤੀ ਇਲੈਕਸ਼ਨ ਲੜਨਾ, ਇਲੈਕਟੋਰਲ ਪੋਲਿਟਿਕਸ ਐਡੀ ਮਹਿੰਗੀ ਹੋ ਚੁੱਕੀ ਹੈ, ਕਦਰਾਂ ਕੀਮਤਾਂ ਤਾਂ ਪਿੱਛੇ ਰਹਿ ਗਈਆਂ, ਲੇਕਿਨ ਸਾਰੀ ਗੱਲ ਤਾਂ ਸੱਤਾ ਦੀ, ਸੱਤਾ ਤਦ ਤੱਕ ਨਹੀਂ ਮਿਲਦੀ ਜਦ ਤੱਕ ਤੁਹਾਡੇ ਕੋਲ ਪੈਸਾ। ਮੈਂ ਤੁਹਾਨੂੰ ਦੱਸ ਰਿਹਾ, ਪਿਛਲੇ ਬਾਈ ਇਲੈਕਸ਼ਨ 'ਚ ਤੁਹਾਡੀ ਪਾਰਟੀ ਦਾ ਆਰੋਪ ਲੱਗਿਆ ਵੀ ਇੱਕ ਲੀਡਰ ਨੂੰ ਸਿਰਫ ਟਿਕਟ ਇਸ ਵਾਸਤੇ ਨਹੀਂ ਦਿੱਤੀ ਗਈ ਕਿਉਂਕਿ ਉਹ ਕੋਈ ਕਈ ਕਰੋੜਾਂ ਦੀ ਜਿਹੜੀ ਰਾਸ਼ੀ ਸੀ ਉਹ ਇਹ ਨਹੀਂ ਸਥਾਪਿਤ ਕਰ ਪਾਇਆ ਜਾਂ ਅਸਟੈਬਲਿਸ਼ ਕਰ ਪਾਇਆ ਕਿ ਉਹ ਇੰਨਾ ਪੈਸਾ ਦੇ ਸਕਦਾ। ਇੱਕ ਗੱਲ, ਰਿਸ਼ਵਤ ਨਹੀਂ ਬਲਕਿ ਸਿਰਫ ਖਰਚੇ ਲਈ ਇਲੈਕਸ਼ਨ। ਬਿਲਕੁਲ, ਇੱਕ ਗੱਲ ਮੈਂ ਦੱਸਾਂ, ਜਿਹੜਾ ਲੀਡਰ ਇਸ ਚੀਜ਼ ਦਾ ਦੋਸ਼ ਲਾ ਰਿਹਾ ਹੈ ਉਹਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ, ਉਹ ਮੇਰਾ ਹੀ ਚੇਲਾ ਹੈ। ਉਹਨੂੰ ਬੂਟ ਪਾਉਣੇ ਵੀ ਅਸੀਂ ਸਿਖਾਏ, ਜਰਾਬ ਪਾਉਣੀ ਵੀ ਅਸੀਂ ਸਿਖਾਈ, ਅਤੇ ਰਾਜਨੀਤੀ 'ਚ ਚੱਲਣਾ ਵੀ ਸਿਖਾਇਆ। ਅੱਜ ਉਹ ਦੇਸ਼ ਭਗਤ ਮਿਸਿਜ਼ ਭੱਠਲ ਔਰ ਲਾਲ ਸਿੰਘ ਵਰਗੇ ਔਰ ਸੀਨੀਅਰ ਲੀਡਰਾਂ ਦੇ ਖਿਲਾਫ਼ ਇਹੋ ਜਿਹੀਆਂ ਇਲਜ਼ਾਮਬਾਜ਼ੀਆਂ ਕਰੇਗਾ, ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ, ਉਹਨੂੰ ਮੇਰੇ ਤੋਂ ਪੁੱਛ ਲਓ, ਇਹ ਇਲਜ਼ਾਮ ਬਿਲਕੁਲ ਝੂਠੇ ਨੇ। ਕਾਂਗਰਸ ਪਾਰਟੀ ਦੇ ਵਿੱਚ ਬਿਲਕੁਲ ਕੋਈ ਇਹੋ ਜਿਹੀ ਸੀਨੀਅਰ ਲੀਡਰਾਂ 'ਚ ਗੱਲ ਨਹੀਂ, ਔਰ ਮਿਸਿਜ਼ ਭੱਠਲ ਦੀ ਰਹਿਨੁਮਾਈ ਹੇਠ ਤਾਂ ਬਿਲਕੁਲ ਨਹੀਂ ਤੁਸੀਂ ਸੋਚ ਸਕਦੇ ਕਿ ਕੋਈ ਆਦਮੀ ਪੈਸੇ ਦੇ ਕੇ ਜਾਂ ਨਾ ਪੈਸੇ ਦੇ ਕੇ ਟਿਕਟ ਲਵੇ। ਕਿਸ ਕਿਤੇ 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 ਇਹ ਐਲੀਗੇਸ਼ਨ ਲੱਗੇ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਐਲੀਗੇਸ਼ਨ ਲੱਗੇ ਵੀ ਇਹ ਪੂਰੀ ਜਿਹੜੀ ਸਥਿਤੀ ਸੀ ਇਹਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਦਾ ਭੂਮਿਕਾ ਸੰਦਿਗਧ ਸੀਗੀ, ਉਹਨਾਂ ਨੇ ਆਪਣੇ ਖਿਲਾਫ਼ ਕਿਸ਼ਤਾ ਵਾਪਸ ਕਰਾ ਤਾਂ ਡਿਸਚਾਰਜ ਹੋ ਗਏ, ਲੇਕਿਨ ਲੇਕਿਨ ਕਾਂਗਰਸੀ ਵਰਕਰਾਂ ਦੇ ਖਿਲਾਫ਼ ਡਿਸਚਾਰਜ ਹੋਏ। ਔਰ ਕੇਸ ਅਮਰਿੰਦਰ ਸਿੰਘ ਨੇ ਬਣਵਾਇਆ ਮਿਸਿਜ਼ ਭੱਠਲ ਦੇ ਖਿਲਾਫ਼, ਓਕੇ, ਕੇਸ ਅਮਰਿੰਦਰ ਸਿੰਘ ਨੇ ਬਣਾਇਆ, ਇਹ ਤੁਹਾਡਾ ਐਲੀਗੇਸ਼ਨ ਹੈ? ਹੈ, ਇਹ ਤੁਹਾਡਾ ਐਲੀਗੇਸ਼ਨ? ਬਿਲਕੁਲ, ਮਿਸਿਜ਼ ਭੱਠਲ ਤੇ ਕੇਸ ਬਣਾਇਆ ਬੀਬੀ ਭੱਠਲ ਖੁਦ ਨਹੀਂ ਕਹਿ ਰਹੇ, ਤੁਸੀਂ ਕਿਵੇਂ ਕਹਿ ਰਹੇ? ਨਾ ਬਿਟ ਮਿਸਿਜ਼ ਭੱਠਲ ਨਾ ਕਵੇ, ਮੈਂ ਕਹਿ ਸਕਦਾ, ਮੈਨੂੰ ਪਤਾ ਮਿਸਿਜ਼ ਭੱਠਲ ਤੇ ਕੇਸ ਜਿਹੜਾ ਬਣਾਇਆ ਗਿਆ ਅਕਾਲੀ ਗਵਰਨਮੈਂਟ ਨੇ ਨਹੀਂ ਬਣਾਇਆ ਸੀ, ਇਹ ਮਿਸਿਜ਼ ਭੱਠਲ ਤੇ ਕੇਸ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ ਕਿਤੇ ਚੀਫ ਮਿਨਿਸਟਰ ਨਾ ਬਣ ਜਾਏ, ਔਰ ਉਹਨੂੰ 5 ਸਾਲ, ਉਸ ਦੇਸ਼ ਭਗਤਾਂ ਦੀ ਜਿਹੜੀ ਬੇਟੀ ਸੀ ਉਹਨੂੰ 5 ਸਾਲ ਮੈਂਟਲੀ ਟੋਰਚਰ ਕੀਤਾ ਗਿਆ, ਮੈਨੂੰ ਪਤਾ ਉਹਨੇ ਆਪਣੇ ਦਿਨ ਕਿਵੇਂ ਕੱਟੇ। ਅੱਜ ਅਗਰ ਉਹਦਾ ਕੇਸ ਵਾਪਸ ਹੋ ਗਿਆ, ਕੋਈ ਸਰਕਾਰ ਨੇ ਉਹਦੇ ਕੇਸ ਨੂੰ ਵਾਪਸ ਨਹੀਂ ਕੀਤਾ, ਮਿਸਿਜ਼ ਭੱਠਲ ਦੇ ਕੇਸ ਸਰਕਾਰ ਦੇ ਉਹਦੇ 'ਚ ਕੋਈ ਰੋਲ ਨਹੀਂ ਸੀ, ਅਗਰ ਕਾਨੂੰਨ ਕਾਇਦੇ ਦੇ ਮੁਤਾਬਕ ਉਹਦਾ ਕੇਸ ਅਗਰ ਵਾਪਸ ਹੋ ਗਿਆ ਤਾਂ ਇਹ ਇਲਜ਼ਾਮ ਲਾਉਣਾ ਕਿ ਮਿਸਿਜ਼ ਭੱਠਲ ਪੋਲੀਟੀਕਲ ਪਾਰਟੀ ਦੂਸਰਿਆਂ ਨਾਲ ਮਿਲ ਗਈ, ਅਤੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ 5 ਸਾਲ ਦਲ ਖਾਲਸਾ ਨਾਲ ਮਿਲੇ ਰਹੇ, ਤੁਸੀਂ 5 ਸਾਲ ਅਰੂਸਾ ਆਲਮ ਜਿਹੜੀ ਪਾਕਿਸਤਾਨ ਦੀ ISI ਦੀ ਏਜੰਟ ਉਹਦੇ ਨਾਲ ਤੁਸੀਂ ਘੁੰਮ ਰਹੇ ਹੋ, ਅਸੀਂ ਤਾਂ ਤੁਹਾਡੇ 'ਤੇ ਇਲਜ਼ਾਮ ਨਹੀਂ ਲਾ ਰਹੇ, ਤੁਸੀਂ ਮਿਸਿਜ਼ ਭੱਠਲ 'ਤੇ ਇਲਜ਼ਾਮ ਲਾ ਰਹੇ ਹੋ, ਕਾਂਗਰਸ ਲੀਡਰਾਂ 'ਤੇ ਇਲਜ਼ਾਮ ਲਾ ਰਹੇ ਹੋ, ਨਹੀਂ ਮੈਂ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਕਾਂਗਰਸ ਦਾ ਡਿਸਿਪਲਨ ਹੈ? ਉਹ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਪੰਜਾਬ ਦੇ, ਉਹ ਕਾਂਗਰਸ ਦੇ ਚੀਫ ਮਿਨਿਸਟਰ ਰਹੇ, ਕਿੰਨੇ ਸਾਲ ਕਾਂਗਰਸ ਤੋਂ ਬਾਹਰ ਰਹੇ, ਕਾਂਗਰਸ ਨੇ ਉਹਨਾਂ ਨੂੰ ਸਾਡੇ ਵਰਗੇ ਬੰਦਿਆਂ ਨੂੰ, ਭੱਠਲ ਵਰਗੇ ਬੰਦਿਆਂ, ਹਾਈਕਮਾਨ ਨੇ ਇਗਨੋਰ ਕਰਕੇ ਉਹਨਾਂ ਨੂੰ ਇੱਜ਼ਤ ਦਿੱਤੀ, ਅਤੇ ਅੱਜ ਉਹਨਾਂ 'ਚ ਸੱਤਾ ਕੁਰਸੀ ਨਹੀਂ ਰਹੀ, ਅੱਜ ਭੱਠਲ ਵੀ ਬੁਰੀ ਹੋ ਗਈ, ਅੱਜ ਅਸੀਂ ਵੀ ਬੁਰੇ ਹੋ ਗਏ, ਔਰ ਕਾਂਗਰਸ ਦੇ ਪੁਰਾਣੇ ਵਰਕਰ ਵੀ ਬੁਰੇ ਹੋ ਗਏ, ਡਿਸਿਪਲਨ ਕਿੱਥੇ ਗਿਆ? ਕਾਂਗਰਸ ਦੇ ਡਿਸਿਪਲਨ ਦੀ ਤੁਸੀਂ ਪਰਵਾਹ ਨਹੀਂ ਕਰ ਰਹੇ ਸ਼ਾਇਦ, ਕਿਉਂਕਿ ਪਾਰਟੀ ਨੇ ਕਹਿ ਰੱਖਿਆ ਦੂਜੇ ਲੀਡਰਾਂ ਦੇ ਖਿਲਾਫ਼ ਬਿਆਨ ਨਹੀਂ ਦੇਣੇ, ਤੁਸੀਂ ਖੁੱਲ੍ਹੇਆਮ ਬਿਆਨ ਦੇ ਰਹੇ ਹੋ।
ਕਿਹੜਾ ਖੁੱਲੇ ਆਮ ਕਿਹੜਾ ਬਿਆਨ ਦਿੱਤਾ ਡਿਸਪਲਿਨ ਨਹੀਂ ਕਿਹੜਾ ਕਿਹੜਾ ਤੁਹਾਡੇ ਕੋਲ ਸ਼ਾਇਦ ਗ੍ਰੀਨ ਕਾਰਡ ਹੈਗਾ ਕਾਂਗਰਸ ਵੱਲੋਂ ਜਿਸ ਦੇ ਤਹਿਤ ਕੀ ਨੋਬਡੀ ਕੁਐਸਚਨਸ ਮਨਿੰਦਰਜੀਤ ਸਿੰਘ ਬਿੱਟਾ ਵੀ ਕਿਸ ਲੀਡਰ ਦੇ ਖਿਲਾਫ ਕੀ ਕਹਿ ਰਹੇ ਨੇ ਕਿਹੜੇ ਲੀਡਰ ਦੇ ਖਿਲਾਫ ਕਿਹਾ ਕਾਂਗਰਸ ਦੀ ਪ੍ਰੈਜ਼ੀਡੈਂਟ ਮਿਸਿਜ਼ ਪੱਠਲ ਉਹਦੇ ਖਿਲਾਫ ਮੈਂ ਕੀ ਕਿਹਾ ਉਹਦੀ ਫੇਵਰ 'ਚ ਬੋਲਿਆ ਜੋ ਉਹਦੇ ਸਹੀ ਗੱਲ ਸੀ ਉਹ ਕੀਤਾ ਜਿਹਨੇ ਕਾਂਗਰਸ ਦੇ ਡਿਸਿਪਲਿਨ ਨੂੰ ਤੋੜਿਆ ਹੈ ਐਡੇ ਸੀਨੀਅਰ ਲੀਡਰ ਨੇ ਅਤੇ ਉਹਦੇ ਖਿਲਾਫ ਚਾਰ ਸ਼ਬਦ ਕਹਿਤੇ ਅਤੇ ਮੈਂ ਗਲਤ ਕਹਿਤਾ ਮੈਂ ਕਾਂਗਰਸ ਪ੍ਰੈਜ਼ੀਡੈਂਟ ਦੀ ਗੱਲ ਕਰ ਰਿਹਾ ਮੈਂ ਕਾਂਗਰਸ ਹਾਈਕਮਾਨ ਨੇ ਅਗਰ ਕਿਤੇ ਗਲਤੀ ਕੀਤੀ ਤਾਂ ਉਹਦੀ ਗੱਲ ਕਰ ਰਹੇ ਹਾਂ ਇਹਦਾ ਮਤਲਬ ਇਹ ਨਹੀਂ ਵੀ ਅਗਰ ਕੋਈ ਗਲਤੀਆਂ ਦੇ ਨਾਲ ਸਾਡਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਤਾਂ ਅਸੀਂ ਚੁੱਪ ਬੈਠੇ ਰਹੀਏ ਪ੍ਰੋਗਰਾਮ 'ਤੇ ਜਾਂਦੇ ਜਾਂਦੇ ਸਾਡੇ ਕੋਲ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਬੜਾ ਜ਼ਿਆਦਾ ਅਹਿਮ ਅਤੇ ਜ਼ਰੂਰੀ ਹੈ ਉਹ ਇਹ ਵੀ ਹੁਣ ਮਨਿੰਦਰਜੀਤ ਸਿੰਘ ਬਿੱਟਾ ਆਲ ਇੰਡੀਆ ਟੈਰਰਿਸਟ ਫਰੰਟ ਦੇ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਦੇ ਰੂਪ ਵਿੱਚ ਜਾਣਿਆ ਜਾਏਗਾ ਕਿ ਉਹ ਕਾਂਗਰਸ ਦਾ ਲੀਡਰ ਜੋ ਕਿ ਕਦੇ ਕਦਾਰ ਆਪਣੇ ਤਿੱਖੇ ਸੁਰਾਂ ਅਤੇ ਬਾਗੀ ਤੇਵਰਾਂ ਦੇ ਨਾਲ ਹਮੇਸ਼ਾ ਸੁਰਖੀਆਂ ਸੀ ਦੇਖੋ ਬਾਗੀ ਹੋਣਾ ਇੱਕ ਇਹ ਹੈ ਵੀ ਮੈਂ ਕਿਸੇ ਪੋਸਟ ਨੂੰ ਪਦ ਨੂੰ ਚਾਹੁੰਦਾ ਮੈਂ ਕਾਂਗਰਸ ਦੇ ਕਲਚਰ ਨੂੰ ਜੋ ਸਰਦਾਰ ਬੇਅੰਤ ਸਿੰਘ ਜੀ ਦਾ ਕਲਚਰ ਸੀ ਜੋ ਨਰਸਿਮਹਾ ਰਾਓ ਜੀ ਰਾਜੀਵ ਜੀ ਇੰਦਰਾ ਜੀ ਦਾ ਪੁਰਾਣਾ ਕਲਚਰ ਸੀ ਅਸੀਂ ਉਸ ਕਲਚਰ ਨੂੰ ਦੁਬਾਰਾ ਲਿਆਉਣਾ ਚਾਹੁੰਦੇ ਹਾਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਅੰਦਰ ਦੂਸਰਾ ਮੈਂ ਕਾਂਗਰਸ ਦਾ ਲੀਡਰ ਨਹੀਂ ਮੈਂ ਕਾਂਗਰਸ ਦਾ ਵਰਕਰ ਸੀ ਕਾਂਗਰਸ ਦਾ ਵਰਕਰ ਹਾਂ ਆਖਰੀ ਦਮ ਤੱਕ ਕਾਂਗਰਸ ਦਾ ਵਰਕਰ ਰਹਾਂਗਾ ਔਰ ਸਰਦਾਰ ਬੇਅੰਤ ਸਿੰਘ ਜੀ ਦੀ ਔਰ ਰਾਜੀਵ ਜੀ ਦੀ ਜਿਹੜੀ ਅਧੂਰੀ ਸੋਚ ਹੈ ਆਖਰੀ ਦਮ ਤੱਕ ਕੁਰਬਾਨੀ ਦੇ ਕੇ ਉਹਦੇ 'ਤੇ ਪਹਿਰਾ ਦਿਆਂਗਾ ਇਹ ਮੇਰੀ ਜਿਹੜੀ ਇਹ ਸਭ ਦੇ ਸਾਹਮਣੇ ਅਪੀਲ ਹੈ ਰਜਿੰਦਰ ਮਾਫ ਕਰਨਾ ਮਨਿੰਦਰਜੀਤ ਸਿੰਘ ਬਿੱਟਾ ਜੋ ਕਿ ਸਾਨੂੰ ਦੱਸ ਰਹੇ ਸਨ ਵੀ ਵਰਕਰ ਰਹਿ ਕੇ ਹੀ ਪਾਰਟੀ ਦੀ ਸੇਵਾ ਕਰਨਗੇ ਸ਼ਾਇਦ ਇਹ ਅਖਤਿਆਰ ਇੱਕ ਵਰਕਰ ਕੋਲ ਹੀ ਹੈ ਵੀ ਇਸ ਖੁੱਲ੍ਹੇ ਸੁਰਾਂ ਦੇ ਵਿੱਚ ਕਿਸੇ ਵੀ ਲੀਡਰ ਦੇ ਪ੍ਰਸਿੱਧੀਆਂ ਉਧੇੜ ਸਕਦਾ ਕਿਉਂਕਿ ਕਿਤੇ ਨਾ ਕਿਤੇ ਵਰਕਰ ਕੋਲ ਅਖਤਿਆਰ ਹੁੰਦਾ ਮਨਿੰਦਰਜੀਤ ਸਿੰਘ ਬਿੱਟਾ ਕਿਉਂਕਿ ਇਹਨਾਂ ਨੂੰ ਕੋਈ ਡਰ ਨਹੀਂ ਅੱਜ ਦੀ ਤਰੀਕ 'ਚ ਇਹਨਾਂ ਕੋਲ ਕੋਈ ਐਸਾ ਅਹੁਦਾ ਨਹੀਂ ਹੈਗਾ ਐਸੀ ਕੋਈ ਲੀਡਰੀ ਨਹੀਂ ਹੈਗੀ ਜਿਸ ਨੂੰ ਕਿ ਖੋਇਆ ਜਾ ਸਕਦਾ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰ ਰਹੇ ਨੇ ਲੇਕਿਨ ਉਮੀਦ ਕਰਾਂਗੇ ਸਾਡੇ ਪ੍ਰੋਗਰਾਮ ਵਿੱਚ ਇਸ ਗੁਫ਼ਤਗੂ ਪ੍ਰੋਗਰਾਮ ਵਿੱਚ ਤੁਹਾਨੂੰ ਬਿੱਟਾ ਸਾਹਿਬ ਦੇ ਨਾਲ ਇਹ ਵਿਸ਼ੇਸ਼ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਜਿਹੜੇ ਵੀ ਸੁਜੈਸ਼ਨ ਹੈ ਤੁਹਾਡੀ ਫੀਡਬੈਕ ਹੈ ਉਸ ਨੂੰ ਸਾਨੂੰ ਇਸ ਐਡਰੈਸ 'ਤੇ ਲਿਖਣਾ ਨਾ ਭੁੱਲੋ ਸਾਡਾ ਪਤਾ ਹੈ ਗੁਫ਼ਤਗੂ PTC ਨਿਊਜ਼ ਪੋਸਟ ਬੈਗ ਨੰਬਰ 3 ਓਕਲਾ ਇੰਡਸਟਰੀਅਲ ਏਰੀਆ ਫੇਸ 3 ਨਵੀਂ ਦਿੱਲੀ 1100 ਸਾਡਾ ਈਮੇਲ ਪਤਾ ਹੈ feedback@ptcnews.com